ਖੇਤੀ ਪ੍ਰਧਾਨ ਸੂਬੇ ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਵਿਕ ਰਹੇ ਨਕਲੀ ਬੀਜ, ਖਾਦਾਂ, ਕੀੜੇਮਾਰ ਦਵਾਈਆਂ ਨੇ ਜਿੱਥੇ ਪੰਜਾਬ ਦੀ ਖੇਤੀ ਨੂੰ ਪਛਾੜਿਆ ਏ, ਉੱਥੇ ਹੀ ਕਿਸਾਨਾਂ ਨੂੰ ਕਰਜ਼ਾਈ ਕਰਦਿਆਂ ਉਹਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਏ। ਜਿਸ ਦੇ ਸਿੱਟੇ ਵਜੋਂ ਕਰਜ਼ੇ ਹੇਠਾਂ ਦੱਬਿਆਂ ਕਿਸਾਨ ਖੁਦਕੁਸ਼ੀਆਂ ਕਰਨ ਦੇ ਲਈ ਵੀ ਮਜਬੂਰ ਹੋ ਰਿਹਾ। ਕੁਝ ਥਾਵਾਂ ਤੋਂ ਨਕਲੀ ਬੀਜ਼ਾਂ ਦਾ ਜ਼ਖੀਰਾ ਵੀ ਫੜਿਆ ਜਾ ਚੁੱਕਿਆ ਏ, ਜਿਸ ਦੀਆਂ ਤਾਰਾਂ ਮਾਲਵੇ ਦੇ ਕਈ ਡੀਲਰਾਂ ਦੇ ਨਾਲ ਜੁੜੀਆਂ ਹੋਈਆਂ ਨੇ। ਖੇਤੀਬਾੜੀ ਵਿਭਾਗ ਪੰਜਾਬ ਦੇ ਕੋਲ 250 ਦੇ ਕਰੀਬ ਕੰਪਨੀਆਂ ਰਜਿਸਟਰਡ ਨੇ ਜੋ ਕਿ ਸਮੁੱਚੇ ਪੰਜਾਬ ਦੇ ਅੰਦਰ ਕੀੜੇਮਾਰ ਦਵਾਈਆਂ ਵੇਚਦੀਆਂ ਨੇ, ਪਰ ਇਸ ਦੇ ਉਲਟ 100 ਤੋਂ ਵਧੇਰੇ ਅਣਅਧਿਕਾਰਤ ਪੈਸਟੀਸਾਈਡ ਕੰਪਨੀਆਂ ਵੀ ਨੇ ਜੋ ਕਿ ਦਿੱਲੀ ਮੁੰਬਈ ਵਰਗੇ ਸ਼ਹਿਰਾਂ ਤੋਂ ਕੀੜੇ ਮਾਰਨ ਵਾਲੀਆਂ ਦਵਾਈਆਂ ਦੇ ਫਰਜ਼ੀ ਉਤਪਾਦ ਬਣਵਾ ਕੇ ਵੇਚ ਰਹੀਆਂ ਨੇ। ਪੰਜਾਬ ਅੰਦਰ ਨਕਲੀ ਬੀਜਾਂ ਦਾ ਬੋਲਬਾਲਾ ਹੈ ਅਤੇ ਬਾਹਰਲੇ ਪ੍ਰਾਂਤਾਂ ਦੇ ਡੀਲਰ ਪੰਜਾਬ ਦੇ ਅੰਦਰ ਪ੍ਰਚਲਿਤ ਕਿਸਮਾਂ ਦੇ ਬੀਜਾਂ ਦੇ ਨਾਵਾਂ ਦਾ ਮਿਲਦੀਆਂ ਜੁਲਦੀਆਂ ਕਿਸਾਨ ਲਵਾਓ ਕਿਸਮਾਂ ਦੇ ਨਕਲੀ ਬੀਜਾਂ ਦੇ ਜ਼ਖੀਰੇ ਪੰਜਾਬ ਦੇ ਡੀਲਰਾਂ ਦੇ ਕੋਲ ਧੜਾਧੜ ਸੁੱਟ ਰਹੇ ਨੇ। ਪੰਜਾਬ ਯੂਨੀਵਰਸਿਟੀ ਦੀਆਂ ਕਣਕ, ਝੋਨੇ, ਨਰਮੇ, ਕਪਾਹ ਦੀਆਂ ਪ੍ਰਚਲਿਤ ਕਿਸਮਾਂ ਨੂੰ ਢਾਹ ਲੱਗ ਰਹੀ ਹੈ। ਨਕਲੀ ਬੀਮਾ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ, ਜਦਕਿ ਨਕਲੀ ਬੀਜ਼ਾਂ ਦਾ ਗੋਰਖ ਧੰਦਾ ਕਰਨ ਵਾਲੇ ਹੋਰਨਾਂ ਪ੍ਰਾਂਤਾਂ ਦੇ ਡੀਲਰ ਆਸਾਨੀ ਦੇ ਨਾਲ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਨੇ।